ਲਓ ਜੀ ਮੇਰੇ ਵੀਰਾਂ ਵਾਸਤੇ ਲੈ ਕੇ ਆ ਗਏ ਹਾਂ ਜੀ ਬਲੈਰੋ। ਸੋ ਇਹ ਆ ਗਿਆ ਜੀ 23 ਮਾਡਲ ਔਰ ਦੇਖ ਸਕਦੇ ਹੋ ਲਾਈਟਰ ਨਾਲ ਐਕਸਟਰਾ ਲੱਗੇ ਹੋਏ ਆ ਔਰ ਬਹੁਤ ਹੀ ਸੋਹਣੀ ਗੱਡੀ ਦੀ ਕੰਡੀਸ਼ਨ ਆ, ਬਿਲਕੁਲ ਫਾਸਟ ਓਨਰ ਕਾਰ ਆ, ਸਾਰੀ ਬੰਪਰ ਟੂ ਬੰਪਰ ਕਾਰ ਓਰਿਜਨਲ ਆ ਜੀ। ਬਾਕੀ ਰੇਟ ਲਿਸਟ ਦੀ ਗੱਲ ਕਰ ਲਈਏ, ਬਲੈਰੋ B6 ਆਪਸ਼ਨਲ ਡੀਜ਼ਲ ਦੇ ਵਿੱਚ 23 ਮਾਡਲ, ਸਿਰਫ 13,000 ਕਿਲੋਮੀਟਰ ਚੱਲੀ ਹੋਈ ਔਰ ਗੱਡੀ ਦਾ ਰੇਟ ਹੈਗਾ 10,90,000। ਕਾਰ ਮੇਰੇ ਵੀਰਾਂ ਨੂੰ ਓਨਲੀ ਦੇ ਦੇਵਾਂਗੇ ਜੀ 10,70,000 ਰੁਪਏ 'ਚ। ਬਾਕੀ ਗੱਡੀ ਦੀ ਅੰਦਰੋਂ ਅਸੈਸਰੀ ਦੇ ਸਕਦੇ ਹੋ, ਸੀਟ ਕਵਰ 70 ਮੈਟ ਔਰ ਸਾਰੀ ਕਾਰ ਅੰਦਰੋਂ ਓਰਿਜਨਲ ਆ ਜੀ। ਮੇਰੇ ਵੀਰ ਭਰਾ ਨਿਗਾਹ ਮਾਰ ਸਕਦੇ ਹੋ, ਬਿਲਕੁਲ ਸਾਫ਼ ਨੀਟ ਐਂਡ ਕਲੀਨ ਕਾਰ ਆ ਜੀ। ਸੋ ਬਾਕੀ ਦੇ ਸਕਦੇ ਹੋ, ਰੇਟ ਤੁਹਾਡੇ ਸਾਹਮਣੇ ਆ ਔਰ ਵਧੀਆ ਰੇਟ 'ਤੇ ਕਾਰ ਤੁਹਾਨੂੰ ਦੇ ਦੇਵਾਂਗੇ ਮੇਰੇ ਵੀਰ ਭਰਾਵਾਂ ਨੂੰ। ਔਰ ਸਾਰੀ ਕਾਰ ਜੈਨੂਅਨ ਓਰਿਜਨਲ ਕਾਰ ਆ ਜੀ ਔਰ ਓਲਾਈ ਟਾਇਰ ਵੀ ਬੜੇ ਸੋਹਣੇ ਲੱਗੇ ਹੋਏ ਆ ਜੀ ਔਰ ਬਹੁਤ ਸੋਹਣੀ ਕਾਰ ਦੀ ਲੁੱਕ ਆ ਔਰ ਪਿੱਛੇ ਵੀ ਵੀ ਲੱਗਾ ਹੋਇਆ ਜੀ ਕਾਰ ਦੇ। ਔਰ ਨੰਬਰ ਨੋਟ ਕਰ ਲਓ ਜੀ PB09AH4646, ਨੰਬਰ ਵੀ ਬੜਾ ਪਿਆਰਾ ਲੱਗਾ ਹੋਇਆ ਜੀ ਕਾਰ ਨੂੰ। ਸੋ ਅੱਗੇ ਮੇਰੇ ਵੀਰਾਂ ਨੂੰ ਲੈ ਕੇ ਚੱਲਦੇ ਹਾਂ ਜੀ ਅਗਲੀ ਬਲੈਰੋ ਵਾਲੇ ਜੀ। ਲਓ ਜੀ ਅੱਗੇ ਆਪਣੇ ਕੋਲ ਫਿਰ ਆ ਗਈ ਆ PB10 ਨੰਬਰ ਵਾਲੀ ਬਲੈਰੋ। ਸੋ ਇਹ ਵੀ ਫਾਸਟ ਓਨਰ ਦੀ ਕਾਰ ਆ ਜੀ ਔਰ ਇਹਨੂੰ ਵੀ ਐਕਸਟਰਾ ਲਾਏ ਲੱਗੇ ਹੋਏ ਨੇ ਜੀ, ਦੇਖ ਸਕਦੇ ਹੋ ਮੇਰੇ ਵੀਰ ਭਰਾ ਨਿਗਾਹ ਮਾਰ ਸਕਦੇ ਹੋ ਜੀ। ਔਰ ਬਾਕੀ ਰੇਟ ਲਿਸਟ ਦੀ ਗੱਲ ਕਰੀਏ, ਇਹ ਆ ਗਿਆ ਜੀ 20 ਮਾਡਲ B6 ਆਪਸ਼ਨਲ ਡੀਜ਼ਲ ਦੇ ਵਿੱਚ, ਸਿਰਫ 28,000 ਕਿਲੋਮੀਟਰ ਚੱਲੀ ਹੋਈ ਔਰ ਗੱਡੀ ਦਾ ਰੇਟ ਹੈਗਾ ਜੀ 9,40,000। ਕਾਰ ਮੇਰੇ ਵੀਰਾਂ ਨੂੰ ਦੇ ਦੇਵਾਂਗੇ ਜੀ 9,20,000 ਰੁਪਏ 'ਚ ਔਰ ਸਾਰੀ ਕਾਰ ਓਰਿਜਨਲ ਆ ਜੀ। ਬਾਕੀ ਦੇ ਸਕਦੇ ਹੋ ਅੰਦਰੋਂ ਸੀਟ ਕਵਰ ਔਰ ਮੈਟਿੰਗ ਔਰ ਬਾਕੀ ਦੇ ਸਕਦੇ ਹੋ, ਬਹੁਤ ਹੀ ਸੋਹਣਾ ਗੱਡੀ ਦਾ ਇੰਟੀਰੀਅਰ ਆ, ਬਿਲਕੁਲ ਸਾਫ਼ ਨੀਟ ਐਂਡ ਕਲੀਨ ਕਾਰ ਆ ਜੀ। ਸੋ ਮੇਰੇ ਵੀਰ ਭਰਾ ਡਿਮਾਂਡ ਕਰਦੇ ਸੀ ਬਲੈਰੋਆਂ ਦੀ, ਬਲੈਰੋ ਦੇ ਬਲੌਗ ਨਹੀਂ ਤੁਸੀਂ ਲੈ ਗਏ ਉਹਨੇ, ਸੋ ਤੁਹਾਡਾ ਵੀਰ ਤੁਹਾਡੇ ਲਈ ਹਾਜ਼ਰ ਹੋ ਗਿਆ ਜੀ ਬਲੈਰੋ ਦਾ ਬਲੌਗ ਲੈ ਕੇ। ਬਾਕੀ ਤੁਹਾਡਾ ਕੰਮ ਆ ਲਾਈਕ ਕਰਨਾ, ਕਮੈਂਟ ਕਰਨਾ, ਚੈਨਲ ਨੂੰ ਸਬਸਕ੍ਰਾਈਬ ਔਰ ਨੰਬਰ PB10HL8093, ਨੰਬਰ ਵੀ ਬੜਾ ਸੋਹਣਾ ਲੱਗਾ ਹੋਇਆ ਜੀ ਕਾਰ ਨੂੰ ਔਰ ਕਾਰ ਵੀ ਸਾਰੀ ਜੈਨੂਅਨ ਆ, ਸਾਰੀ ਕਾਰ ਓਰਿਜਨਲ ਆ ਜੀ। ਬਾਕੀ ਚੈੱਕ ਕਰ ਸਕਦੇ ਹੋ ਲੁੱਕ ਵਾਈਸ। ਔਰ ਅੱਗੇ ਮੇਰੇ ਵੀਰਾਂ ਲੈ ਕੇ ਚੱਲਦੇ ਹਾਂ ਅਗਲੀ ਬਲੈਰੋ ਵੱਲ ਜੀ। ਲਓ ਜੀ ਅੱਗੇ ਬਲੈਰੋ ਆ ਗਈ ਹੈ ਜੀ PV11 ਨੰਬਰ ਵਾਲੀ, ਪਟਿਆਲੇ ਦਾ ਨੰਬਰ ਲੱਗਾ ਜੀ ਗੱਡੀ ਨੂੰ ਔਰ ਸਾਰੀ ਕਾਰ ਓਰਿਜਨਲ ਆ, ਫਾਸਟ ਓਨਰ ਦੀ ਕਾਰ ਆ ਜੀ। ਔਰ ਬਾਕੀ ਜੇ ਰੇਟ ਲਿਸਟ ਦੀ ਗੱਲ ਕਰੀਏ ਜੀ, ਦੇਖ ਸਕਦੇ ਹੋ ਬਲੈਰੋ ZLX ਵਾਲਾ ਵੇਰੀਅੰਟ ਆ ਔਰ 17 ਮਾਡਲ ਡੀਜ਼ਲ ਦੇ ਵਿੱਚ, 65,000 ਕਿਲੋਮੀਟਰ ਚੱਲੀ ਹੋਈ ਜੀ ਔਰ ਗੱਡੀ ਦਾ ਰੇਟ ਹੈਗਾ ਜੀ 7,35,000। ਕਾਰ ਮੇਰੇ ਵੀਰਾਂ ਨੂੰ ਓਨਲੀ ਦੇ ਦੇਵਾਂਗੇ 7,20,000 ਰੁਪਏ 'ਚ ਓਨਲੀ ਦੇ ਦੇਵਾਂਗੇ, ਜਿਹੜਾ ਬੰਦਾ ਕਹੂਗਾ ਵੀ ਤੁਹਾਡੀ ਵੀਡੀਓ ਦੇਖ ਕੇ ਆਏ ਹਾਂ ਜੀ। ਬਾਕੀ ਦੇਖ ਸਕਦੇ ਹੋ ਸੀਟ ਕਵਰ ਔਰ 70 ਮੈਟ ਔਰ ਅੰਦਰੋਂ ਗੱਡੀ ਦਾ ਇੰਟੀਰੀਅਰ ਮੇਰੇ ਵੀਰ ਭਰਾ ਚੈੱਕ ਕਰ ਸਕਦੇ ਹੋ, ਬਿਲਕੁਲ ਨਵੀਂ ਕਾਰ ਆ ਜੀ, ਅੰਦਰੋਂ ਸਾਫ਼ ਕਾਰ ਆ ਜੀ, ਸੀਟਾਂ ਸੂਟਾਂ ਬਿਲਕੁਲ ਓਕੇ ਰਿਪੋਰਟ ਆ। ਬਾਕੀ ਤੁਹਾਨੂੰ ਇੱਕ ਵਾਰੀ ਪਿੱਛੋਂ ਵੀ ਓਪਨ ਕਰਕੇ ਦਿਖਾ ਦਿੰਦਾ ਸੀਟਾਂ ਜੀ, ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਆ ਜੀ ਗੱਡੀ ਦੀ, ਬਿਲਕੁਲ ਨਵੀਂ ਕਾਰ ਪਈ ਆ ਜੀ ਆਪਣੇ ਕੋਲ। ਸੋ ਵਧੀਆ ਰੇਟ 'ਤੇ ਮੇਰੇ ਵੀਰ ਭਰਾਵਾਂ ਨੂੰ ਦੇਵਾਂਗੇ। ਬਾਕੀ ਟਾਇਰ ਟੱਪਾ ਦੇ ਸਕਦੇ ਹੋ ਜੀ, ਓਕੇ ਰਿਪੋਰਟ ਟਾਇਰ ਆ। ਬਾਕੀ ਬੈਕ ਤੋਂ ਦੇਖ ਸਕਦੇ ਹੋ ਸਟੱਪਣੀ ਵਗੈਰਾ ਲੱਗੀ ਹੋਈ ਆ ਜੀ। ਔਰ ਅੱਗੇ ਮੇਰੇ ਵੀਰਾਂ ਨੂੰ ਲੈ ਕੇ ਚੱਲਦੇ ਹਾਂ ਜੀ ਅਗਲੀ ਕਾਰ ਵੱਲ। ਸੋ ਇਹਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ, ਨੰਬਰ ਫੁੱਲ PV11CK4114, ਨੰਬਰ ਵੀ ਬੜਾ ਸੋਹਣਾ ਲੱਗਾ ਹੋਇਆ ਔਰ ਸਾਰੀ ਕਾਰ ਓਰਿਜਨਲ ਹੈ ਜੀ। ਲਓ ਜੀ ਅੱਗੇ ਮੇਰੇ ਵੀਰਾਂ ਨੇ ਲੈ ਕੇ ਆ ਗਏ ਹਾਂ ਜੀ PV65 ਨੰਬਰ, ਮੋਹਾਲੀ ਦਾ ਨੰਬਰ ਔਰ ਬਿਲਕੁਲ ਫਾਸਟ ਓਨਰ ਦੀ ਕਾਰ ਆ, ਨਵੀਂ ਕਾਰ ਆ, ਬੰਪਰ ਟੂ ਬੰਪਰ ਸਾਰੀ ਕਾਰ ਓਰਿਜਨਲ ਹੈ ਜੀ। ਔਰ ਰੇਟ ਲਿਸਟ ਦੀ ਗੱਲ ਕਰ ਲਈਏ, ਸੋ ਇਹ ਆ ਗਿਆ 24 ਮਾਡਲ V6 ਆਪਸ਼ਨਲ 24 ਮਾਡਲ, ਸਿਰਫ 3600 ਕਿਲੋਮੀਟਰ ਕਾਰ ਚੱਲੀ ਹੋਈ ਆ ਜੀ। 11,40,000 ਗੱਡੀ ਦਾ ਪ੍ਰਾਈਜ਼ ਆ, 11,20,000 'ਚ ਕਾਰ ਮੇਰੇ ਵੀਰਾਂ ਭਰਾਵਾਂ ਨੂੰ ਦੇ ਦੇਵਾਂਗੇ ਜੀ। ਔਰ ਬਾਕੀ ਵਿੱਚੋਂ ਗੱਡੀ ਦੀ ਇੰਟੀਰੀਅਰ ਦੀ ਗੱਲ ਕਰ ਲਈਏ, ਚੈੱਕ ਕਰ ਸਕਦੇ ਹੋ ਔਰ ਬਹੁਤ ਸੋਹਣਾ ਗੱਡੀ ਦੇ ਵਿੱਚੋਂ ਇੰਟੀਰੀਅਰ ਹੈ ਜੀ, ਬਿਲਕੁਲ ਸਾਫ਼ ਕਾਰ ਖੜੀ ਹੈ ਜੀ ਆਪਣੇ ਕੋਲ ਔਰ 24 ਮਾਡਲ ਆ, ਬਿਲਕੁਲ ਨਵਾਂ ਮਾਡਲ ਆ ਹਾਲੇ। ਔਰ ਬਾਕੀ ਬਿਲਕੁਲ ਸਾਰੀ ਅਨਟੱਚ ਕਾਰ ਆ ਜੀ, ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ ਜੀ, ਬਿਲਕੁਲ ਨਵੀਂ ਨਖੋਰ ਕਾਰ ਪਈ ਹੈ ਜੀ। ਔਰ ਅਗਲੀ ਕਾਰ ਵੱਲ ਚੱਲਦੇ ਹਾਂ, ਅਗਲੀ ਬਲੈਰੋ ਵੱਲ ਚੱਲਦੇ ਹਾਂ ਜੀ। ਲਓ ਜੀ ਅੱਗੇ ਮੇਰੇ ਵੀਰਾਂ ਲਈ ਬਲੈਰੋ ਲੈ ਕੇ ਆ ਗਏ ਹਾਂ PV07, ਇਹ ਹੁਸ਼ਿਆਰਪੁਰ ਦਾ ਨੰਬਰ ਲੱਗਾ ਜੀ ਔਰ ਸਾਰੀ ਕਾਰ ਓਰਿਜਨਲ ਆ, ਫਾਸਟ ਓਨਰ ਦੀ ਕਾਰ ਆ ਜੀ। ਔਰ ਬਾਕੀ ਰੇਟ ਲਿਸਟ ਦੀ ਜੇ ਗੱਲ ਕਰੀਏ,
ਸਲਿੱਪ ਚੈੱਕ ਕਰ ਸਕਦੇ ਹੋ। 20 ਮਾਡਲ ਆ ਬਲੈਰੋ B6 ਆਪਸ਼ਨਲ, ਡੀਜ਼ਲ ਦੇ ਵਿੱਚ ਸਿਰਫ 16,000 ਕਿਲੋਮੀਟਰ ਚੱਲੀ ਹੋਈ, ਓਰਿਜਨਲ ਚੱਲੀ ਹੋਈ 9,10,000 ਦੀ। ਮੇਰੇ ਵੀਰਾਂ ਦੇ ਦੇਵਾਂਗੇ 8,90,000 ਰੁਪਏ 'ਚ ਕਾਰ ਦੇ ਦੇਵਾਂਗੇ ਓਨਲੀ, ਬਾਕੀ ਵਿੱਚੋਂ ਦੇ ਸਕਦੇ ਹੋ। ਬਿਲਕੁਲ ਸਾਫ਼ ਕਾਰ ਆ, ਮੈਟਿੰਗ ਮੂਟਿੰਗ ਸਾਰਾ ਕੁਛ ਹੋਇਆ ਪਿਆ ਜੀ ਗੱਡੀ ਨੂੰ, ਔਰ ਸਕਰੀਨ ਵੀ ਵਿੱਚ ਲੱਗੀ ਹੋਈ ਆ ਦੇ ਸਕਦੇ ਹੋ, ਟੱਚ ਸਕਰੀਨ ਵੀ ਵਿੱਚ ਲੱਗੀ ਹੋਈ ਆ ਜੀ ਐਕਸਟਰਾ, ਔਰ ਸਾਰੀ ਕਾਰ ਅੰਦਰੋਂ ਸਾਫ਼ ਆ, ਓਰਿਜਨਲ ਕਾਰ ਆ ਜੀ। ਬਾਕੀ ਬੈਕ ਤੋਂ ਸੀਟਾਂ ਦੀ ਕੰਡੀਸ਼ਨ ਦੇ ਸਕਦੇ ਹੋ ਜੀ, ਬਿਲਕੁਲ ਓਕੇ ਰਿਪੋਰਟ ਕਰ ਰਿਹਾ, ਸਾਰੀ ਬੰਪਰ ਟੂ ਬੰਪਰ ਕਾਰ ਓਰਿਜਨਲ। ਔਰ ਬਾਕੀ ਮੇਜਰ ਐਕਸੀਡੈਂਟ ਲੱਗੀ ਵੱਜੀ ਅਤੇ ਮੀਟਰ ਬੈਕ, ਇਹਦੀ ਤੁਹਾਨੂੰ ਰਿਟਰਨ ਦੇ ਵਿੱਚ ਗਰੰਟੀ ਦਿੱਤੀ ਜਾਊਗੀ। ਨੰਬਰ PV07BB8106 ਨੰਬਰ ਵੀ ਬੜਾ ਪਿਆਰਾ ਲੱਗਾ ਹੋਇਆ ਜੀ ਕਾਰ ਨੂੰ, ਔਰ ਸਟਪਨੀ ਵਗੈਰਾ ਆ ਜਾਂਦੀ ਹੈ ਜੀ ਪਿੱਛੇ। ਬਾਕੀ ਅਗਲੀ ਬਲੈਰੋ ਵੱਲ ਚੱਲਦੇ ਜੀ ਮੇਰੇ ਵੀਰਾਂ ਨੂੰ ਲੈ ਕੇ। ਲਓ ਜੀ ਅੱਗੇ ਆ ਗਿਆ ਜੀ 22 ਮਾਡਲ ਬਲੈਰੋ ਦਾ, ਔਰ ਦੇਖ ਸਕਦੇ ਹੋ ਲੁੱਕ ਬਹੁਤ ਸੋਹਣੀ ਹੈ ਕਾਰ ਦੀ, ਔਰ PV06 ਨੰਬਰ ਲੱਗਾ ਹੋਇਆ ਜੀ, ਔਰ ਬਿਲਕੁਲ ਬ੍ਰੈਂਡ ਨੂੰ ਕਾਰ, ਫਸਟ ਓਨਰ ਦੀ ਕਾਰ ਆ ਜੀ। ਔਰ ਬਾਕੀ ਰੇਟ ਲਿਸਟ 'ਤੇ ਲੈ ਕੇ ਚੱਲਦੇ ਹਾਂ, ਰੇਟ ਲਿਸਟ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ। 22 ਮਾਡਲ B6 ਡੀਜ਼ਲ ਦੇ ਵਿੱਚ ਸਿਰਫ 24,000 ਕਿਲੋਮੀਟਰ ਚੱਲੀ ਹੋਈ, 10,20,000 ਦੀ, ਸਿਰਫ 10,00,000 ਰੁਪਏ 'ਚ ਮੇਰੇ ਵੀਰਾਂ ਨੂੰ ਕਾਰ ਦੇਵਾਂਗੇ। ਔਰ ਜਿਹੜਾ ਬੰਦਾ ਕਹੂੰਗਾ ਤੁਹਾਡੀ ਵੀਡੀਓ ਦੇਖ ਕੇ ਆਏ ਹਾਂ, ਮੌਕੇ 'ਤੇ ਹੋਰ ਥੋੜ੍ਹਾ ਬਹੁਤ ਡਿਸਕਾਊਂਟ ਜ਼ਰੂਰ ਕਰਾਂਗੇ ਜੀ। ਔਰ ਦੇਖ ਸਕਦੇ ਹੋ ਸੀਟ ਕਵਰ, ਮੈਟ, ਔਰ ਸਾਰੀ ਕਾਰ ਅੰਦਰੋਂ ਦੇਖ ਸਕਦੇ ਹੋ ਓਰਿਜਨਲ ਕਾਰ ਆ, ਬਿਲਕੁਲ ਸਾਫ਼ ਕਾਰ ਖੜੀ ਹੈ ਜੀ ਆਪਣੇ ਕੋਲ। ਔਰ ਬਾਕੀ ਇੰਟੀਰੀਅਰ ਗੱਡੀ ਦਾ ਓਕੇ ਰਿਪੋਰਟ ਹੈ ਜੀ ਸਾਰਾ, ਬਾਕੀ ਦੇਖ ਸਕਦੇ ਹੋ ਪਿੱਛੋਂ ਸੀਟਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੀਟਾਂ ਜੀ। ਔਰ ਟਾਇਰ ਦੇਖ ਸਕਦੇ ਹੋ, ਟਾਇਰ ਵੀ ਬਿਲਕੁਲ ਓਕੇ ਹੈ ਜੀ, ਔਰ ਪਿੱਛੇ ਆ ਜਾਂਦਾ ਜੀ ਦੇਖ ਸਕਦੇ ਹੋ, ਸਟੱਪਣੀ ਵਗੈਰਾ ਨਹੀਂ ਹੈਗੀ ਇਹ 'ਚ, ਲਾਏ ਲੱਗਾ ਹੋਇਆ ਹੈ। ਬਾਕੀ ਤੁਹਾਨੂੰ ਸਮਾਨ ਪੂਰਾ ਕੰਪਲੀਟ ਮਿਲੂਗਾ ਜੀ ਇਹਦੇ ਨਾਲ। ਔਰ ਅੱਗੇ ਮੇਰੇ ਵੀਰ ਕਹਿੰਦੇ ਸੀਗੇ ਵੀ ਸਾਨੂੰ ਫੋਰਚੂਨਰਾਂ ਵੀ ਦਿਖਾਓ ਪੁਰਾਣੇ ਮਾਡਲ 'ਚ, ਹੋਰ ਤੁਹਾਡੇ ਲਈ ਫੋਰਚੂਨਰ ਵੀ ਦੇ ਸਕਦੇ ਹੋ। ਇਹ ਆਪਣੇ ਕੋਲ ਆ ਗਿਆ ਜੀ 12 ਮਾਡਲ PV07 ਹੁਸ਼ਿਆਰਪੁਰ ਦਾ ਲੱਗਾ ਹੋਇਆ ਗੱਡੀ ਨੂੰ ਨੰਬਰ ਜੀ। ਔਰ ਇਹ ਤੁਹਾਨੂੰ ਮੈਂ ਪਹਿਲਾਂ ਵੀ ਕਾਰ ਬਲੌਗ 'ਚ ਦਿਖਾਈ ਸੀ, ਸਿਰਫ 10,000 ਚੱਲੀ ਹੋਈ ਹੈ ਜੀ, 1,00,000 ਕਿਲੋਮੀਟਰ ਚੱਲੀ ਹੋਈ ਹੈ ਜੀ ਕਾਰ, ਔਰ 11,50,000 ਦੀ ਕਾਰ ਮੇਰੇ ਵੀਰਾਂ ਨੂੰ ਓਨਲੀ ਦੇ ਦੇਵਾਂਗੇ ਜੀ 11,30,000 ਰੁਪਏ 'ਚ। ਬਾਕੀ ਅੰਦਰੋਂ ਦੇ ਸਕਦੇ ਹੋ 4x4 ਵਾਲਾ ਇੰਟੀਰੀਅਲ ਹੈ ਜੀ ਗੱਡੀ ਦਾ, ਮਤਲਬ 4x4 ਵਾਲਾ ਵੇਰੀਐਂਟ ਆ, ਔਰ ਸੀਟ ਕਵਰ 70 ਮੈਟ, ਔਰ ਆਟੋਮੈਟਿਕ ਸੀਟਾਂ ਹੈ ਜੀ ਦੇ ਸਕਦੇ ਹੋ ਇਲੈਕਟ੍ਰਿਕ। ਬਾਕੀ ਅੰਦਰੋਂ ਬਿਲਕੁਲ ਸਾਫ਼ ਆ ਕਾਰ ਜੀ, ਔਰ 7-ਸੀਟਰ ਦੇ ਵਿੱਚ ਮੇਰੇ ਵੀਰ ਭਰਾ ਡਿਮਾਂਡ ਕਰਦੇ ਸੀ ਵੀ ਪੁਰਾਣੀ ਸ਼ੇਪ 'ਚ ਸਾਨੂੰ ਫੋਰਚੂਨਰ ਦਿਖਾਓ, ਔਰ ਤੁਹਾਡੇ ਲਈ ਪੁਰਾਣੀ ਸ਼ੇਪ 'ਚ ਵੀ ਫੋਰਚੂਨਰ ਲੈ ਕੇ ਆ ਗਏ ਹਾਂ ਜੀ, ਔਰ ਨਵੀਂ ਸ਼ੇਪ ਦੀਆਂ ਵੀ ਦਿਖਾਉਂਦੇ ਹਾਂ ਜੀ ਉਹ ਵੀ ਇਸ ਬਲੌਗ ਵਿੱਚ ਤੁਹਾਨੂੰ ਸਾਰੀਆਂ। ਔਰ ਲਓ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਹਾਂ ਜੀ 18 ਮਾਡਲ ਫੋਰਚੂਨਰ, 18 ਮਾਡਲ ਆ ਗਈ ਆ ਜੀ। ਬਾਕੀ ਗੱਡੀ ਦੀ ਲੁੱਕ ਚੈੱਕ ਕਰ ਸਕਦੇ ਹੋ ਜੀ, ਬਹੁਤ ਸੋਹਣਾ ਗੱਡੀ ਦਾ ਇੰਟੀਰੀਅਰ ਆ, ਔਰ ਕੰਪਨੀ ਫਿਟਡ ਲਾਏ ਆ, ਬਿਲਕੁਲ ਫਾਸਟ ਆਉਂਦਾ ਜੀ ਕਾਰ ਆ। ਜੇ ਰੇਟ ਦੀ ਗੱਲ ਕਰੀਏ ਜੀ ਦੇ ਸਕਦੇ ਹੋ ਵਿਦਆਊਟ ਨੰਬਰ ਕਾਰ ਆ ਜੀ, ਹਾਲੇ ਨੰਬਰ ਨਹੀਂ ਲੱਗਾ ਹੋਇਆ, 18 ਮਾਡਲ, ਔਰ 15,000 ਕਿਲੋਮੀਟਰ ਚੱਲੀ ਹੋਈ, ਸਿਰਫ 1,57,000 ਚੱਲੀ ਹੋਈ, 32,50,000 ਦੀ ਮੇਰੇ ਵੀਰਾਂ ਨੂੰ ਦੇ ਦੇਵਾਂਗੇ। ਔਰ ਵਿੱਚੋਂ ਜੇ ਗੱਲ ਕਰੀਏ ਦੇਖ ਸਕਦੇ ਹੋ ਕਰੋਮ, ਔਰ ਸੀਟ ਕਵਰ 70 ਮੈਟ, ਔਰ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ, ਆਟੋਮੈਟਿਕ ਵਾਲਾ ਵੇਰੀਐਂਟ ਹੈ ਜੀ, ਚੈੱਕ ਕਰ ਸਕਦੇ ਹੋ। ਸਾਰੀ ਕਾਰ ਅੰਦਰੋਂ ਸਾਫ਼ ਆ, ਬਿਲਕੁਲ ਜੈਨੂਨ ਕਾਰ ਆ ਜੀ, ਜਿੰਨੀ ਚੱਲੀ ਹੋਈ ਆ ਜੈਨੂਨ ਆ, ਬਾਕੀ ਚੱਲੀ ਹੋਈ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ, 1,57,000 ਚੱਲੀ ਹੋਈ ਆ ਜੀ ਕਾਰ, ਸਾਰੀ ਕਾਰ ਓਰਿਜਨਲ ਆ ਜੀ ਮੇਰੇ ਵੀਰ ਭਰਾਓ। ਔਰ ਅੱਗੇ ਮੇਰੇ ਵੀਰਾਂ ਲੈ ਕੇ ਚੱਲਦੇ ਹਾਂ ਜੀ ਅਗਲੀ ਫੋਰਚੂਨਰ ਵੱਲ। ਲਓ ਜੀ ਅੱਗੇ ਚੈੱਕ ਕਰੋ ਜੀ ਫੋਰਚੂਨਰ, ਔਰ ਨੰਬਰ ਲੱਗਾ ਜੀ PV85, ਔਰ ਸਾਰੀ ਕਾਰ ਓਰਿਜਨਲ ਫਾਸਟ ਓਨਰ ਦੀ ਕਾਰ ਆ ਜੀ। ਔਰ ਇਹ ਆ ਗਿਆ 17 ਮਾਡਲ ਫੋਰਚੂਨਰ ਸਿਗਮਾ, ਔਰ 30,50,000 ਦੀ ਮੇਰੇ ਵੀਰਾਂ ਦੇਵਾਂਗੇ ਜੀ, 30,20,000 ਰੁਪਏ 'ਚ। ਬਾਕੀ ਦੇ ਸਕਦੇ ਹੋ ਕਰੋਮ, ਔਰ ਡੋਰ ਵਾਈਜ਼ਰ, ਬਾਕੀ ਸੀਟ ਕਵਰ, ਮੈਟ, ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ, ਔਰ ਆਟੋਮੈਟਿਕ ਦੇ ਵਿੱਚ, ਬਾਕੀ ਚੱਲੀ ਹੋਈ ਦੇ ਸਕਦੇ ਹੋ।
ਕਾਰ ਚੱਲੀ ਹੋਈ ਹੈ ਜੀ 74,000 ਕਿਲੋਮੀਟਰ ਓਨਲੀ। ਬਾਕੀ ਸਕਰੀਨ ਸਕਰੂਨ ਵਗੈਰਾ ਸਾਰਾ ਕੁਛ ਵਿੱਚ ਲੱਗਾ ਹੋਇਆ, ਬਿਲਕੁਲ ਓਕੇ ਰਿਪੋਰਟ ਕਾਰ ਆ। ਵਿੱਚੋਂ ਇੰਟੀਰੀਅਰ ਗੱਡੀ ਦਾ ਬਿਲਕੁਲ ਸਾਫ ਇੰਟੀਰੀਅਰ ਹੈ ਜੀ ਗੱਡੀ ਦਾ, ਦੇਖ ਸਕਦੇ ਹੋ ਸੀਟਾਂ ਸੂਟਾਂ ਬਿਲਕੁਲ, ਔਰ ਵਧੀਆ ਰੇਟ 'ਤੇ ਮੇਰੇ ਵੀਰ ਭਰਾਵਾਂ ਨੂੰ ਕਾਰ ਦੇ ਦੇਵਾਂਗੇ। ਬਾਕੀ ਦੇਖ ਸਕਦੇ ਹੋ ਕੰਪਨੀ ਫਿਟਡ ਲਾਏ ਆ ਜੀ। ਔਰ ਨੰਬਰ ਦੀ ਗੱਲ ਕਰੀਏ PV8500049 ਨੰਬਰ ਵੀ ਬੜਾ ਸੋਹਣਾ ਲੱਗਾ ਹੋਇਆ ਜੀ ਫੋਰਚੂਨਰ ਨੂੰ। ਸੋ ਅੱਗੇ ਮੇਰੇ ਵੀਰਾਂ ਲੈ ਕੇ ਚੱਲਦੇ ਹਾਂ ਅਗਲੀ ਫੋਰਚੂਨਰ ਵਾਲੇ ਜੀ। ਸੋ ਇਹ ਆ ਗਿਆ ਜੀ 21 ਮਾਡਲ, ਦੇਖ ਸਕਦੇ ਹੋ ਫੋਰਚੂਨਰ 21 ਮਾਡਲ ਆ ਗਈ ਹੈ ਜੀ। ਔਰ ਸਾਰੀ ਕਾਰ ਸਾਫ ਓਰੀਜਨਲ ਕਾਰ, ਕੰਪਨੀ ਫਿਟਡ ਲਾਏ ਆ ਜੀ। ਔਰ ਜੇ ਨੰਬਰ ਦੀ ਗੱਲ ਕਰੀਏ, ਨੰਬਰ ਲੱਗਾ ਜੀ PV06AX0055, ਨੰਬਰ ਵੀ ਬੜਾ ਸੋਹਣਾ ਲੱਗਾ ਹੋਇਆ ਜੀ ਕਾਰ ਨੂੰ। ਔਰ ਬਾਕੀ ਰੇਟ ਲਿਸਟ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ 21 ਮਾਡਲ 36,50,000 ਦੀ ਡੀਜ਼ਲ ਦੇ ਵਿੱਚ ਮੇਰੇ ਵੀਰਾਂ ਨੂੰ ਦੇ ਦੇਵਾਂਗੇ ਜੀ 36,30,000 ਰੁਪਏ 'ਚ। ਬਾਕੀ ਮੌਕੇ 'ਤੇ ਮਾਨਤਾਨ ਕਰੋਮ ਡੋਰ ਵਾਈਜ਼ਰ ਔਰ ਸੀਟ ਕਵਰ 70 ਮੈਟ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਬਾਕੀ ਚੱਲੀ ਹੋਈ ਦੇਖ ਸਕਦੇ ਹੋ 82,000 ਕਿਲੋਮੀਟਰ ਓਨਲੀ ਚੱਲੀ ਹੋਈ ਹੈ ਜੀ। ਔਰ ਆਟੋਮੈਟਿਕ ਵਾਲਾ ਵੇਰੀਐਂਟ ਹੈ ਜੀ। ਇੱਕ ਵਾਰੀ ਮੇਰੇ ਵੀਰ ਭਰਾ ਇੰਟੀਰੀਅਰ ਦੇਖ ਸਕਦੇ ਹੋ, ਗੱਡੀ ਦਾ ਬਿਲਕੁਲ ਓਕੇ ਰਿਪੋਰਟ ਕਾਰ ਆ, ਸਕਰੀਨ ਸਕਰੂਨ ਵਿੱਚ ਲੱਗੀ ਹੋਈ ਹੈ ਸਾਰਾ ਕੁਛ, ਔਰ ਬੰਪਰ ਟੂ ਬੰਪਰ ਗੱਡੀ ਦੀ ਬਾਕੀ ਗਰੰਟੀ ਤੁਹਾਨੂੰ ਦੇ ਦੇਵਾਂਗੇ ਜੀ ਰਿਟਰਨ ਦੇ ਵਿੱਚ, ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ ਜੀ। ਔਰ ਅੱਗੇ ਮੇਰੇ ਵੀਰਾਂ ਲੈ ਕੇ ਚੱਲਦੇ ਹਾਂ ਅਗਲੀ ਫੋਰਚੂਨਰ ਵਾਲ ਜੀ। ਮੇਰੇ ਵੀਰਾਂ ਦੀਆਂ ਡਿਮਾਂਡ ਸੀਗੀ ਜੀ, ਇਹ ਆ ਗਿਆ ਜੀ ਆਪਣੇ ਕੋਲ 23 ਮਾਡਲ, ਸਿਰਫ 11,000 ਕਿਲੋਮੀਟਰ ਚੱਲੀ ਹੋਈ ਫੋਰਚੂਨਰ ਆਟੋਮੈਟਿਕ ਦੇ ਵਿੱਚ। ਬਾਕੀ ਦੇਖ ਸਕਦੇ ਹੋ ਬੰਪਰ ਟੂ ਬੰਪਰ ਗੱਡੀ ਦੀ ਰਿਟਰਨ ਦੇ ਵਿੱਚ ਗਰੰਟੀ ਹੈ ਜੀ। ਔਰ ਨੰਬਰ ਲੱਗਾ ਜੀ PV09AM7766 ਔਰ ਬਿਲਕੁਲ ਫਾਸਟ ਓਨਰ ਦੀ ਕਾਰ। ਬਾਕੀ 41,00,000 ਗੱਡੀ ਦਾ ਰੇਟ ਆ ਜੀ, ਤੁਹਾਨੂੰ ਮੌਕੇ 'ਤੇ ਮਾਨਤਾਨ ਕਰਕੇ ਵਧੀਆ ਰੇਟ ਦੀ ਕਾਰ ਦੇ ਦੇਵਾਂਗੇ। ਬਾਕੀ ਡੋਰ ਵਾਈਜ਼ਰ ਔਰ ਸੀਟ ਕਵਰ 70 ਮੈਟ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਆਟੋਮੈਟਿਕ ਦੇ ਵਿੱਚ, ਔਰ ਬਹੁਤ ਸੋਹਣਾ ਗੱਡੀ ਦਾ ਅੰਦਰੋਂ ਇੰਟੀਰੀਅਰ ਹੈ ਜੀ, ਚੈੱਕ ਕਰ ਸਕਦੇ ਹੋ ਬਿਲਕੁਲ ਨਵੀਂ ਫਾਸਟ ਓਨਰ ਦੀ ਕਾਰ ਆ ਜੀ। ਔਰ ਵਧੀਆ ਰੇਟ 'ਤੇ ਮੇਰੇ ਵੀਰ ਭਰਾਵਾਂ ਨੂੰ ਕਾਰ ਦੇ ਦੇਵਾਂਗੇ ਜੀ। ਸੋ ਅੱਗੇ ਮੇਰੇ ਵੀਰਾਂ ਨੂੰ ਲੈ ਕੇ ਚੱਲਦੇ ਹਾਂ ਜੀ ਅਗਲੀ ਫੋਰਚੂਨਰ ਵਾਲੀ। ਲਓ ਜੀ ਅੱਗੇ ਫੋਰਚੂਨਰ ਆ ਗਈ ਹੈ ਜੀ 18 ਮਾਡਲ, ਦੇਖ ਸਕਦੇ ਹੋ ਸਾਰੀ ਕਾਰ ਓਰੀਜਨਲ ਹੈ ਜੀ, ਗਰੰਟੀ ਹੈ ਬੰਪਰ ਟੂ ਬੰਪਰ। ਔਰ ਬਾਕੀ ਰੇਟ ਲਿਸਟ ਦੀ ਗੱਲ ਕਰੀਏ ਜੀ, ਦੇਖ ਸਕਦੇ ਹੋ ਫੋਰਚੂਨਰ ਸਿਗਮਾ 18 ਮਾਡਲ ਔਰ ਚੱਲੀ ਹੋਈ ਹੈ ਜੀ 17,164 ਕਿਲੋਮੀਟਰ ਓਨਲੀ, 34,50,000 ਗੱਡੀ ਦਾ ਪ੍ਰਾਈਜ਼ ਹੈ, 34,30,000 ਰੁਪਏ 'ਚ ਕਾਰ ਦੇ ਦੇਵਾਂਗੇ। ਬਾਕੀ ਕਰੋਮ ਡੋਰ ਵਾਈਜ਼ਰ ਔਰ ਦੇਖ ਸਕਦੇ ਹੋ ਸੀਟ ਕਵਰ ਮੈਟ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ, ਬਾਕੀ ਚੱਲੀ ਹੋਈ ਨੋਟ ਕਰ ਸਕਦੇ ਹੋ ਜੀ 17,165 ਔਰ ਆਟੋਮੈਟਿਕ ਦੇ ਵਿੱਚ, ਚੈੱਕ ਕਰ ਸਕਦੇ ਹੋ ਸਾਰੀ ਗੱਡੀ ਅੰਦਰੋਂ ਸਾਫ਼ ਹੈ ਜੀ, ਬਿਲਕੁਲ ਓਰੀਜਨਲ ਕਾਰ ਹੈ ਜੀ। ਔਰ ਬਾਕੀ ਬੈਕ ਤੋਂ ਤੁਹਾਨੂੰ ਸੀਟਾਂ ਦੀ ਕੰਡੀਸ਼ਨ ਦਿਖਾ ਦਿੰਦੇ ਹਾਂ ਜੀ, ਦੇਖ ਸਕਦੇ ਹੋ ਬਿਲਕੁਲ ਸਾਫ਼ ਨਵੀਂ ਕਾਰ ਪਈ ਹੈ ਜੀ ਆਪਣੇ ਕੋਲ। ਸੋ ਇੱਦਾਂ ਦੀਆਂ ਤੁਹਾਨੂੰ ਵਧੀਆ ਵਧੀਆ ਘਰ ਆ ਸਿਰਫ ਭੰਡਾਰੀ ਕਾਰ ਯਾਰ ਭੋਪਰ ਤੋਂ ਹੀ ਮਿਲਣੀਆਂ ਜੀ। ਔਰ ਅੱਗੇ ਆ ਗਈ ਹੈ ਜੀ ਫੋਰਚੂਨਰ 16 ਮਾਡਲ ਔਰ ਨੰਬਰ ਲੱਗਾ ਜੀ PV11CV05500, ਬਹੁਤ ਸੋਹਣਾ ਨੰਬਰ ਔਰ ਸਾਰੀ ਕਾਰ ਓਰੀਜਨਲ। ਔਰ ਰੇਟ ਦੀ ਗੱਲ ਕਰੀਏ ਜੀ 16 ਮਾਡਲ 94,000 ਕਿਲੋਮੀਟਰ ਚੱਲੀ ਡੀਜ਼ਲ ਦੇ ਵਿੱਚ 26,50,000 ਦੀ ਔਰ ਮੌਕੇ 'ਤੇ ਮਾਨਤਾਨ ਕਰਕੇ ਵਧੀਆ ਰੇਟ 'ਚ ਮੇਰੇ ਵੀਰਾਂ ਨੂੰ ਦੇ ਦੇਵਾਂਗੇ ਜੀ ਕਾਰ। ਔਰ ਦੇਖ ਸਕਦੇ ਹੋ ਸੀਟ ਕਵਰ ਔਰ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਆਟੋਮੈਟਿਕ ਦੇ ਵਿੱਚ ਔਰ ਸਾਰੀ ਕਾਰ ਅੰਦਰੋਂ ਓਰੀਜਨਲ ਆ ਜੀ, ਬਿਲਕੁਲ ਸਾਫ਼ ਕਾਰ ਖੜੀ ਹੈ ਆਪਣੇ ਕੋਲ ਔਰ ਬਹੁਤ ਸੋਹਣਾ ਗੱਡੀ ਦਾ ਇੰਟੀਰੀਅਰ ਹੈ ਜੀ ਔਰ ਨੰਬਰ ਵੀ ਬੜਾ ਪਿਆਰਾ ਗੱਡੀ ਨੂੰ ਲੱਗਾ ਹੋਇਆ ਜੀ 05000 ਔਰ ਬਹੁਤ ਸੋਹਣਾ ਗੱਡੀ ਦੀ ਸ਼ੇਪ ਆ ਜੀ। ਔਰ ਅੱਗੇ ਆ ਗਈ ਆ ਜੀ ਮੇਰੇ ਵੀਰਾਂ ਲਈ ਇਨੋਵਾ ਕ੍ਰਿਸਟਾ ਦੀ ਡਿਮਾਂਡ ਕਰਦੇ ਸੀ ਮੇਰੇ ਵੀਰ ਭਰਾ, ਸੋ ਆਪਣੇ ਕੋਲ ਇਨੋਵਾ ਕ੍ਰਿਸਟਾ ਵੀ ਆ ਗਈ ਆ ਜੀ। ਔਰ ਦੇਖ ਸਕਦੇ ਹੋ PV09 ਨੰਬਰ ਲੱਗਾ, ਬਿਲਕੁਲ ਫਾਸਟ ਓਨਰ ਦੀ ਕਾਰ ਆ ਜੀ। ਔਰ ਰੇਟ ਦੀ ਗੱਲ ਕਰੀਏ 21 ਮਾਡਲ 30,000 ਕਿਲੋਮੀਟਰ ਚੱਲੀ ਹੋਈ 22,30,000 ਦੀ ਕਾਰ ਮੇਰੇ ਵੀਰਾਂ ਨੂੰ ਦੇ ਦੇਵਾਂਗੇ 22,10,000 ਰੁਪਏ 'ਚ। ਬਾਕੀ ਕਰੋਮ ਸੀਟ ਕਵਰ ਮੈਟ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਚੱਲੀ ਹੋਈ ਨੋਟ ਕਰ ਸਕਦੇ ਹੋ 23,000 ਕਿਲੋਮੀਟਰ ਔਰ ਮੈਨੂਅਲ ਦੇ ਵਿੱਚ ਕਾਰ ਆ ਜੀ, ਸਕਰੀਨ ਵਗੈਰਾ ਲੱਗੀ ਹੋਈ ਆ ਦੇਖ ਸਕਦੇ ਹੋ ਜੀ, ਬਿਲਕੁਲ
ਓਕੇ ਰਿਪੋਰਟ ਕਰ ਰਿਹਾ ਜੀ ਨੋਵਾ ਕ੍ਰਿਸਟਾ, ਡਿਮਾਂਡ ਸੀ ਮੇਰੇ ਵੀਰ ਭਰਾਵਾਂ ਦੀ ਜੀ, ਔਰ 7 ਸੀਟਰ ਦੇ ਵਿੱਚ ਬਹੁਤ ਸੋਹਣਾ ਗੱਡੀ ਦਾ ਅੰਦਰੋਂ ਇੰਟੀਰੀਅਰ, ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ ਜੀ, ਬਿਲਕੁਲ ਸਾਫ਼ ਨਵੀਂ ਕਾਰ ਖੜੀ ਹੈ ਜੀ ਆਪਣੇ ਕੋਲ, ਔਰ ਨੰਬਰ ਫੁੱਲ ਨੋਟ ਕਰ ਸਕਦੇ ਹੋ ਜੀ, PB09AF0031, ਨੰਬਰ ਵੀ ਬੜਾ ਪਿਆਰਾ ਲੱਗਾ ਜੀ ਗੱਡੀ ਨੂੰ। ਔਰ ਅੱਗੇ ਮੇਰੇ ਵੀਰਾਂ ਨੂੰ ਲੈ ਕੇ ਚੱਲਦੇ ਹਾਂ ਜੀ ਅਗਲੀ ਨੋਵਾ ਵਾਲੇ ਜੀ,